ਗੁਰੂ ਰੂਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾ ਪਾਈ ਵੀਰ ਸਿੰਘ ਜੀ ਦੀ ਇੱਕ ਕਹਾਣੀ ਆਪ ਜੀ ਨੂੰ ਪੜ੍ਹ ਕੇ ਸੁਣਾ ਰਹੇ ਹਾਂ ਜਿਸ ਵਿੱਚ ਇਹ ਪਤਾ ਲੱਗੇਗਾ ਕਿ ਅਸੀਂ ਕਿਵੇਂ ਆਪਣੇ ਦਮਾਂ ਨੂੰ ਬਿਰਥਾ ਗਵਾ ਰਹੇ ਹਾਂ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਭਾਈ ਪ੍ਰਧਾਨ ਸਿੰਘ ਜੀ ਰਾਗੀ ਭਾਈ ਸਾਹੇ ਪਾਸ ਗਏ ਹੋਏ ਸਨ ਸਵੇਰ ਦਾ ਵੇਲਾ ਸੀ ਭਾਈ ਸਾਹਿਬ ਸਵੇਰ ਦੀ ਸੈਰ ਦੇ ਚੱਕਰ ਲਗਾ ਰਹੇ ਸਨ ਬਾਹਰ ਉੱਥੇ ਹੀ ਬੈਂਚ ਤੇ ਅਖਬਾਰ ਪਈ ਹੋਈ ਸੀ ਭਾਈ ਪ੍ਰਧਾਨ ਸਿੰਘ ਨੇ ਅਖਬਾਰ ਚੁੱਕ ਕੇ ਪੜ੍ਹਨੀ ਸ਼ੁਰੂ ਕਰ ਦਿੱਤੀ ਭਾਈ ਸਾਹਿਬ ਉਹਨਾਂ ਪਾਸੋਂ ਲੰਘੇ ਅਤੇ ਅਖਬਾਰ ਉਹਨਾਂ ਦੇ ਹੱਥ ਵਿੱਚੋਂ ਲੈ ਲਈ ਇੱਕ ਅਦ ਸਰਖੀ ਦੇਖੀ ਅਤੇ ਅਖਬਾਰ ਬੈਂਚ ਪਰ ਰੱਖ ਕੇ ਚੱਕਰ ਲਗਾਉਣ ਲੱਗ ਪਏ ਭਾਈ ਪ੍ਰਧਾਨ ਸਿੰਘ ਨੇ ਫਿਰ ਅਖਬਾਰ ਚੁੱਕ ਕੇ ਪੜ੍ਹਨੀ ਸ਼ੁਰੂ ਕਰ ਦਿੱਤੀ ਭਾਈ ਸਾਹਿਬ ਨੇ ਫਿਰ ਅਖਬਾਰ ਲੈ ਕੇ ਬੈਂਚ ਉੱਤੇ ਰੱਖ ਦਿੱਤੀ ਅਤੇ ਸੈਰ ਦੇ ਚੱਕਰ ਲਗਾਉਣ ਲੱਗ ਪਏ ਤੀਜੀ ਵਾਰ ਫਿਰ ਇੰਜ ਹੀ ਹੋਇਆ ਭਾਈ ਸਾਹਿਬ ਨੇ ਭਾਈ ਪ੍ਰਧਾਨ ਸਿੰਘ ਨੂੰ ਕਿਹਾ ਕਿ ਅੰਦਰ ਇੱਕ ਸਰੋਵਰ ਹੈ ਜੋ ਉਸ ਵਿੱਚ ਇੱਕ ਇੱਕ ਬੂੰਦ ਵੀ ਪਾਉਂਦੇ ਰਹੀਏ ਤਦੋਂ ਸਮਾਂ ਪਾ ਕੇ ਉਸ ਸਰੋਵਰ ਵਿੱਚ ਬਹੁਤ ਸਾਰਾ ਪਾਣੀ ਜਮਾ ਹੋ ਜਾਵੇਗਾ ਅਸੀਂ ਸਮਝਦੇ ਨਹੀਂ ਦਮ ਬਿਰਥੇ ਗਵਾ ਰਹੇ ਹਾਂ ਦਮਾਂ ਨੂੰ ਸੰਭਾਲਣਾ ਚਾਹੀਦਾ ਹੈ ਹਾਂਜੀ ਫਿਰ ਦੁਹਰਾ ਦਈਏ ਭਾਈ ਸਾਹਿਬ ਨੇ ਭਾਈ ਪ੍ਰਧਾਨ ਸਿੰਘ ਨੂੰ ਕਿਹਾ ਕਿ ਅੰਦਰ ਇੱਕ ਸਰੋਵਰ ਹੈ ਜੋ ਉਸ ਵਿੱਚ ਇੱਕ ਇੱਕ ਬੂੰਦ ਵੀ ਪਾਉਂਦੇ ਰਹੀਏ ਤਦੋਂ ਸਮਾਂ ਪਾ ਕੇ ਉਸ ਸਰੋਵਰ ਵਿੱਚ ਬਹੁਤ ਸਾਰਾ ਪਾਣੀ ਜਮਾ ਹੋ ਜਾਵੇਗਾ ਅਸੀਂ ਸਮਝਦੇ ਨਹੀਂ ਦਮ ਬਿਰਥੇ ਗਵਾ ਰਹੇ ਹਾਂ ਦਮਾਂ ਨੂੰ ਸੰਭਾਲਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ